ਕਾਂਗੜਾ ਡੈਮ ਦੁਆਰਾ ਛੱਡੇ ਗਏ ਪਾਣੀ ਨਾਲ ਕਈ ਪਿੰਡਾਂ ਵਿਚ ਹੜ ਆਏ। ਅਜੇ ਵੀ ਹੜ ਦੀ ਮਾਰ ਇਨ੍ਹਾਂ ਪਿੰਡਾਂ ਵਿਚ ਹੈ। ਕਾਫੀ ਪਿੰਡਾਂ ਵਿਚ ਪਾਣੀ ਖੜਾ ਹੋਇਆ ਹੈ। ਇਨ੍ਹਾਂ ਪਿੰਡਾਂ ਦੀ ਹੈਲਪ ਕਰਨ ਦੇ ਲਈ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਜਥੇਬੰਦੀਆਂ ਅੱਗੇ ਆ ਰਹੀਆਂ ਹਨ ਅਤੇ ਸੰਤ ਬਾਬਾ ਇੰਦਰ ਦਾਸ ਜੀ, ਡੇਰਾ ਸੰਤ ਬਾਬਾ ਮਾਨ ਦਾਸ ਜੀ, ਪਿੰਡ ਸ਼ੇਖੇ ਇਨ੍ਹਾਂ ਪਿੰਡਾਂ ਦੀ ਹੈਲਪ ਕਰਨ ਦੇ ਲਈ ਪਹੁੰਚੇ ਹਨ। ਮਹਾਰਾਜ ਜੀ ਵੱਲੋਂ ਸੁੱਕਾ ਰਸਕ, ਬ੍ਰੈਡ, ਲੰਗਰ ਦੀ ਸੇਵਾ ਕੀਤੀ ਗਈ ਅਤੇ ਕਾਫੀ ਪਿੰਡਾਂ ਵਿਚ ਦਵਾਈਆਂ ਵੀ ਸਪਲਾਈ ਕੀਤੀਆਂ ਗਈਆਂ।